बहुत बहुत स्वागत है। तुसी देख रहे हो बाईजी टीवी। सो इस समय असी मौजूद हाँ पंजाब स्कूल सिक्ख्या बोर्ड के बिल्कुल बाहर। जी हाँ, असी पंजाब स्कूल सिक्ख्या बोर्ड के बिल्कुल बाहर मौजूद हाँ, जिथे कि बेरोजगार अध्यापकों ने लगातार कई दिनों तो अपना धरना लाया होया। तो इन्हां दीआं मंगां ये ने कि भर्ती निकलती आ पर इन्हां नूं नौकरी ते नियुक्त नहीं किया जाता। जदा कि हाई कोर्ट मानजोग हाई कोर्ट दे भी बयान आ गए कि हाँ नियुक्ति पत्र दिते जाण पर इन्हां नूं कोई नियुक्ति पत्र नहीं दिता जाता, कोई इन्हां दी आके सार नहीं लैंदा। जिथे किते इन्हां ने धुप चली मीह हनेरी चली, सो कई लंबे समय तो इत्थे इह पंजाब स्कूल सिक्ख्या बोर्ड दे बाहर धरने ते लगातार तैनात ने। सो कद तक सवाल ये ने कि कद तक साडियां सरकारां इदां गुमराह करदी रहणगियां। वड्डे वड्डे दावे भी किते जांदे ने कि घर घर रुजगार देवांगे, रुजगार देण दी गल तां बहुत दूर रही। जिन्हां दी नियुक्ति हुंदी आ, जिन्हां नूं सिलैक्शन हुंदी आ, उन्हां नियुक्ति पत्र भी नहीं दित्ते जांदे। सो इह मंगां ने, इन्हां दीआं गल्लबात करांगे। बहुत बहुत स्वागत है जी। किदां मतलब तुसीं किन्ने दिनां तों इत्थे बैठे हो? असीं सर 10 दिनां तों इत्थे बैठे आ पर साडी कोई भी सुनवाई नहीं हुई। हुण असीं कैंडल मार्च करके अपनी सरकार नूं जगाउणा चाहुंदे आ, क्योंकि साडी सरकार सुत्ती होई आ कि उहनां दे बेरोजगार अध्यापक सड़कां ते बैठे होए आ। इन्नी धुप्पां गर्मियां दे विच सड़कां ते उह 10 दिनां तों लगातार धरना दे रहे, अपने घर छड्ड के आए आ, बच्चे छड्ड के आए आ। इस करके असीं अपने हक्कां लई हुण कैंडल मार्च करन जा रहे। साडी सरकार जागे, उहनूं पता लगे कि पढ़े लिखे जिहड़े नौजवान आ साडी फैसले दी उड़ीक च बैठे आ, साडे न्याय दी उड़ीक च बैठे आ, उह इंतजार कर रहे आ वी कदों साडी सरकार साडे हक लै के पहुंचे। बिल्कुल जी। असामियां कदों निकलदियां ने? 2011 ਵਿੱਚ ਅਸਾਮੀਆਂ ਨਿਕਲੀਆਂ ਜੀ ਤੇ 2012 ਵਿੱਚ 5178 ਪੋਸਟਾਂ ਆਈਆਂ, ਪਰ ਇਹਨਾਂ ਨੇ ਟੈਟ ਦੀ ਸ਼ਰਤ ਰੱਖੀ ਸੀ ਕਿ ਜਿਹੜਾ ਟੈਟ ਪਾਸ ਕਰੂਗਾ ਉਹੀ ਇਹਨਾਂ ਪੋਸਟਾਂ ਦੇ ਵਿੱਚ ਕੰਸੀਡਰ ਹੋਊਗਾ, ਪਰ ਇਹਨਾਂ ਨੇ ਟੈਟ ਦੇ ਵਿੱਚੋਂ ਸਾਨੂੰ 4 ਨੰਬਰਾਂ ਕਰਕੇ ਫੇਲ ਕਰਤਾ, ਜਦਕਿ ਅਸੀਂ ਪਾਸ ਸੀ ਕਿਉਂਕਿ ਇਹਨਾਂ ਦੇ ਪੇਪਰ ਵਿੱਚ ਗਲਤੀਆਂ ਸੀ, ਸਾਡਾ ਕਸੂਰ ਨਹੀਂ ਸੀ। ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਅਸੀਂ ਪਾਸ ਹੋਏ ਆ। ਮਾਨਯੋਗ ਹਾਈ ਕੋਰਟ ਨੇ ਸਾਨੂੰ ਨਿਆਂ ਦਿੱਤਾ ਕਿ ਇਹ ਪਾਸ ਨੇ ਕੈਂਡੀਡੇਟ, ਸਿੱਖਿਆ ਵਿਭਾਗ ਗਲਤ ਹੈ, ਪਰ ਸਿੱਖਿਆ ਵਿਭਾਗ ਨੇ 7 ਸਾਲ ਬਾਅਦ ਸਾਡੇ ਪੇਪਰ ਦੁਬਾਰਾ ਚੈੱਕ ਕੀਤੇ, ਸਾਡੇ 4 ਨੰਬਰ ਬਣਦੇ ਜੋ ਸੀ ਸਾਨੂੰ 7 ਸਾਲ ਬਾਅਦ ਦਿੱਤੇ, ਪਰ ਇਸ ਟੈਟ ਦੇ ਆਧਾਰ ਤੇ ਜੋ ਭਰਤੀਆਂ ਕਰ ਲਈਆਂ ਉਹ ਤੋਂ ਅਸੀਂ ਵਾਂਝੇ ਰਹਿ ਗਏ ਹਾਂ। ਇਸ ਕਰਕੇ ਅਸੀਂ ਲਗਾਤਾਰ ਹੁਣ ਸਿੱਖਿਆ ਵਿਭਾਗ ਕਦੀ ਸਿੱਖਿਆ ਮੰਤਰੀ ਦੇ ਜਾਂਦੇ ਹਾਂ। ਮਾਨਯੋਗ ਹਾਈ ਕੋਰਟ ਨੇ ਸਾਨੂੰ ਭਰਤੀਆਂ 'ਚ ਵੀ ਇਹਨਾਂ ਨੂੰ ਆਰਡਰ ਦਿੱਤੇ ਹਨ ਕਿ ਇਹਨਾਂ ਨੂੰ ਚੱਲ ਰਹੀ ਭਰਤੀ ਦੇ ਵਿੱਚ ਸੀਟਾਂ ਰਿਜ਼ਰਵ ਕੀਤੀਆਂ ਜਾਣ, ਪਰ ਇਹਨਾਂ ਵੱਲੋਂ ਕੋਈ ਨੋਟਿਸ ਨਹੀਂ ਆਇਆ। ਬਿਲਕੁਲ, ਜਿੱਦਾਂ ਤੁਸੀਂ ਕਹੋ ਕਿ ਤੁਸੀਂ ਪੇਪਰ ਵੀ ਦੁਬਾਰਾ ਚੈੱਕ ਹੋਗੇ ਤੇ ਪਾਸ ਵੀ ਹੁੰਨੇ ਹੋਗੇ, ਮਾਨਯੋਗ ਹਾਈ ਕੋਰਟ ਨੇ ਵੀ ਤੁਹਾਡੇ ਪੱਖ ਦੇ ਵਿੱਚ ਬਿਆਨ ਦਿੱਤਾ। ਸੋ ਇਦੋਂ ਬਾਅਦ ਦੇ ਵਿੱਚ ਕਿਤੇ ਅਪਰੋਚ ਕੀਤੀ ਕਿਸੇ ਹੋਰ ਮੰਤਰੀ ਨਾਲ? ਅਸੀਂ ਬਾਰ-ਬਾਰ ਸਿੱਖਿਆ ਮੰਤਰੀ ਕੋਲ ਗੇੜੇ ਲਾਉਨੇ ਆ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਨੇ ਆ, ਭਾਰੀ ਕਿਰਾਏ ਖਰਚ ਕੇ ਆਉਨੇ ਆ। ਅਸੀਂ ਮੁੱਖ ਸਕੱਤਰ ਤੱਕ ਵੀ ਪਹੁੰਚ ਕੀਤੀ ਆ, ਸਿੱਖਿਆ ਸਕੱਤਰ ਤੱਕ ਵੀ ਪਹੁੰਚ ਕੀਤੀ ਆ, ਪਰ ਅਸੀਂ ਮੀਡੀਆ ਦੇ ਰੂਬਰੂ ਹੋ ਕੇ ਵੀ ਬਹੁਤ ਆਪਣੀ ਸਰਕਾਰ ਨੂੰ ਜੋ ਆ ਬੇਨਤੀਆਂ ਕੀਤੀਆਂ, ਪਰ ਸਾਡੀ ਕਿਤੇ ਸੁਣਾਈ ਨਹੀਂ ਹੋਈ। ਕੋਈ ਉਹਨਾਂ ਵੱਲੋਂ ਕੋਈ ਦਲਾਸਾ ਕੋਈ ਤੁਹਾਨੂੰ ਆ ਕੇ ਮਿਲਿਆ ਇੱਥੇ ਕੋਈ? ਉਹ ਸਾਨੂੰ ਹਮੇਸ਼ਾ ਇਹ ਕਹਿੰਦੇ ਹਨ ਕਿ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੈ, ਪਰ ਜੇਕਰ ਪ੍ਰੋਸੈਸ ਚੱਲਦਿਆਂ ਚੱਲਦਿਆਂ ਹੀ ਸਾਡੀ ਜਿਹੜੀ ਨੌਕਰੀ ਦਾ ਟਾਈਮ ਹੀ ਖਤਮ ਹੋ ਗਿਆ ਤੇ ਰਿਟਾਇਰਮੈਂਟ ਦੀ ਉਮਰ ਤੇ ਅਸੀਂ ਉਹ ਨੌਕਰੀ ਕੀ ਕਰਾਂਗੇ ਜਿਸ ਨੌਕਰੀ ਦੀ ਸਾਨੂੰ ਅੱਜ ਲੋੜ ਆ? ਸਾਡੇ ਮਾਪਿਆਂ ਦਾ ਅੱਜ ਸਮਾਂ ਆ ਕਿ ਅਸੀਂ ਉਹਨਾਂ ਦੇ ਇਲਾਜ ਕਰਾਈਏ, ਉਹਨਾਂ ਦੀ ਦੇਖਭਾਲ ਕਰੀਏ, ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦਈਏ, ਪਰ ਅੱਜ ਇਹਨਾਂ ਨੇ ਸਾਨੂੰ ਪ੍ਰੋਸੈਸ ਚ ਪਾਇਆ ਆ, ਕੋਰਟ ਦੇ ਚੱਕਰ ਚ ਪਾਇਆ ਆ, ਸਾਨੂੰ ਬੇਰੋਜ਼ਗਾਰ ਰੱਖਿਆ, ਅਸੀਂ ਚੱਕਰ ਲਾ ਰਹੇ ਆ ਵਾਰ-ਵਾਰ। ਕਿੱਥੋਂ ਆਏ ਹੋ ਤੁਸੀਂ? ਅਸੀਂ ਸਾਰੇ ਜ਼ਿਲ੍ਹਿਆਂ ਚੋਂ ਆਏ ਪੰਜਾਬ ਦੇ। ਬਿਲਕੁਲ ਜੀ। ਹਾਂਜੀ, ਫਿਰ ਲਗਾਤਾਰ ਦਿਨ ਪਰ ਰਾਤ ਇੱਥੇ ਤੁਹਾਡਾ ਦਿਨ ਰਾਤ ਸਾਡਾ ਪੱਕਾ ਧਰਨਾ ਲੱਗਾ ਹੋਇਆ ਆ। ਦੇਖੋ ਜੀ, ਹਾਲਾਂਕਿ ਬਿਲਕੁਲ ਔਖਾ ਹੈਗਾ, ਮੌਸਮ ਵੀ ਖਰਾਬ ਆ, ਧੁੱਪ ਵੀ ਝੱਲਦੇ ਨੇ, ਸੋ ਰਾਤ ਨੂੰ ਬਾਰਿਸ਼ ਆਉਂਦੀ ਆ ਉਹ ਵੀ ਝੱਲਦੇ ਨੇਗੇ। ਜਿੱਥੇ ਕਿਤੇ ਬੱਚਿਆਂ ਨੂੰ ਸਿਖਾ ਰਹੇ ਨੇ, ਹੱਕਾਂ ਦੀ ਗੱਲ ਸਿਖਾ ਰਹੇ ਨੇ, ਉੱਥੇ ਇਹ ਆਪਣੇ ਹੱਕਾਂ ਲਈ ਲੜ ਰਹੇ ਨੇਗੇ। ਸੋ ਸਵਾਲ ਇਹ ਪੈਦਾ ਹੁੰਦਾ ਕਿ ਜਿਨ੍ਹਾਂ ਨੇ ਜਿੱਥੋਂ ਜੜ ਲੱਗਣੀ ਹੈ ਸਾਡੀ ਸਿੱਖਿਆ ਦੀ, ਜਦ ਉਹੀ ਇਹਨਾਂ ਨੇ ਖੋਖਲੀ ਕਰਤੀ ਪ੍ਰਸ਼ਾਸਨ ਨੇ, ਇਸਦਾ ਅੱਗੇ ਕੀ ਸੁਧਾਰ ਹੋ ਸਕਦਾ? ਜੋ ਇਹਨਾਂ ਨੇ, ਇਹਨਾਂ ਦੀ ਇਹੀ ਮੰਗ ਆ ਕਿ ਸਾਨੂੰ ਨਿਯੁਕਤ ਕੀਤਾ ਜਾਵੇ, ਅਸੀਂ ਬੱਚਿਆਂ ਨੂੰ ਉਹਨਾਂ ਦੇ ਸੁਨਹਿਰੀ ਭੁੱਖ ਲਈ ਪੜ੍ਹਾਈਏ। ਸੋ ਇਹ ਤਾਂ ਆਪਣਾ ਸਮਾਂ ਜੋ ਹੈ ਇੱਥੇ ਬਤੀਤ ਕਰ ਰਹੇ ਨੇ, ਤੋ ਸਕੂਲਾਂ ਦੇ ਵਿੱਚ ਕਿੱਦਾਂ ਆਪਣੀ ਜੋ ਡਿਊਟੀ ਨਿਭਾਉਣ ਇਹ? ਸੋ ਇਸ ਤਰ੍ਹਾਂ ਹੋਰ ਤੁਹਾਨੂੰ ਕਿਵੇਂ ਲੱਗਦਾ ਜੀ, ਤੁਹਾਨੂੰ ਕਿੰਨਾ ਸਮਾਂ ਹੋਇਆ, ਕਿੰਨਾ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਨੇ? ਸਰ ਬਹੁਤ ਮੁਸ਼ਕਲਾਂ ਆਉਂਦੀਆਂ ਨੇ, ਤੇ ਜਿਵੇਂ ਹੁਣ ਰਾਤ ਇੰਨਾ ਮੌਸਮ ਖਰਾਬ ਹੋ ਗਿਆ ਸੀਗਾ, ਇੱਕ ਦਿਨ ਤਾਂ ਸਾਡੇ ਇੱਕ ਕੈਂਡੀਡੇਟ ਦੇ ਹੱਥ ਤੇ ਵੀ ਪਤਾ ਨਹੀਂ ਉਹ ਕੁਛ ਲੜ ਗਿਆ ਸੀਗਾ, ਉਹਨਾਂ ਦਾ ਬਹੁਤ ਪੂਰੀ ਬਾਂਹ ਸੁੱਜ ਗਈ, ਇਸੇ ਕਰਕੇ ਹੁਣ ਥੋੜਾ ਘਰ ਗਏ ਹੋਏ ਨੇ। ਰਾਤ ਵੀ ਸਾਡੇ ਕੈਂਡੀਡੇਟਸ ਨੂੰ ਮੌਸਮ ਖਰਾਬ ਹੋਣ ਦੇ ਕਰਕੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 10 ਦਿਨ ਤੋਂ ਤੁਸੀਂ ਹੁਣ ਦੇਖ ਰਹੇ ਹੋ ਗਰਮੀ ਦਾ ਮੌਸਮ ਹੈ, ਉੱਪਰੋਂ ਸੂਰਜ ਦੀ ਇੰਨੀ ਤਪਸ਼ ਹੁੰਦੀ ਆ, ਨੀਚੇ ਤੋਂ ਸੜਕ ਇੰਨੀ ਮਤਲਬ ਹੁੰਦੀ ਆ ਤਪੀ ਹੋਈ,
ਤੇ ਈਵਨ ਕਿ ਕੀ ਹੋਇਆ ਪ੍ਰਸ਼ਾਸਨ ਨੇ ਸਾਡੀ ਇਹ ਸੈਂਟਰ ਵਾਲੀ ਲਾਈਟ ਦੀ ਲਾਈਨ ਦੀ ਪਹਿਲਾਂ ਲਾਈਟ ਵੀ ਬੰਦ ਕਰ ਦਿੱਤੀ ਸੀ ਹੁਣ ਅਸੀਂ ਰਿਕੁਐਸਟ ਕਰਕੇ ਫਿਰ ਤੋਂ ਦੁਬਾਰਾ ਹੈਲਪ ਲਈ ਆ ਸਰ ਸਾਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਬਿਲਕੁਲ ਜਿੱਦਾਂ ਕਿ ਦੇਖਿਆ ਕਿ ਸੀਐਮ ਸਾਹਿਬ ਵੀਡੀਓ ਕਾਲ ਦੇ ਜ਼ਰੀਏ ਵੀ ਬਹੁਤ ਲੋਕਾਂ ਦੀ ਸੁਣਵਾਈ ਕਰਦੇ ਆ ਹਾਲ ਤੱਕ ਤੁਹਾਡੇ ਨਾਲ ਕੋਈ ਰਾਬਤਾ ਨਹੀਂ ਬਣਾਇਆ ਉਹਨਾਂ ਨੇ ਨਹੀਂ ਸਰ ਸਾਡੇ ਨਾਲ ਕੋਈ ਰਾਬਤਾ ਨਹੀਂ ਬਣਾਇਆ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਹਾਂਜੀ ਪਰ ਜੋ ਹੱਕ ਰੱਖਦਾ ਗਾ ਜਿਨ੍ਹਾਂ ਦੀ ਨਿਯੁਕਤੀ ਵੀ ਹੁੰਦੀ ਆ ਉਹਨਾਂ ਨੂੰ ਪੱਤਰ ਨਹੀਂ ਦਿੱਤੇ ਜਾਂਦੇ ਸਿਲੈਕਟ ਨਹੀਂ ਕੀਤੇ ਹੁਣ ਦੇਖੋ ਅਸੀਂ 11 ਸਾਲ ਤੋਂ ਧੱਕੇ ਖਾ ਰਹੇ ਹਾਂ ਈਵਨ ਕਿ ਅਸੀਂ ਮੈਰਿਟ ਹੋਲਡਰ ਹਾਂ ਕੋਰਟ ਤੋਂ ਵੀ ਸਾਨੂੰ ਆਰਡਰ ਹੋ ਚੁੱਕੇ ਨੇ ਫਿਰ ਵੀ ਅਸੀਂ ਅੱਜ ਧੱਕੇ ਖਾ ਰਹੇ ਹਾਂ ਸੜਕਾਂ ਤੇ ਬੇਰੁਜ਼ਗਾਰ ਰੋਲ ਰਹੇ ਹਾਂ ਈਵਨ ਕਿ ਸਾਡਾ ਇਕਨੋਮਿਕਲੀ ਵੀ ਬਹੁਤ ਜ਼ਿਆਦਾ ਲਾਸ ਹੋ ਰਿਹਾ ਕਿਉਂਕਿ ਸਾਨੂੰ ਕੋਰਟ ਦੀਆਂ ਵੀ ਭਾਰੀਆਂ ਫੀਸਾਂ ਭਰਨੀਆਂ ਪੈਂਦੀਆਂ ਨੇ ਕਿਤੇ ਲੱਗਦਾ ਵੀ ਤੁਸੀਂ ਬੱਚਿਆਂ ਨੂੰ ਇਹ ਗੱਲ ਦਾ ਕੀ ਸਿਖਾਓਗੇ ਜਿੱਥੇ ਤੁਸੀਂ ਉਹਨਾਂ ਨੂੰ ਸਿਖਾ ਰਹੇ ਹੋ ਵੀ ਆਪਣੇ ਹੱਕਾਂ ਦੀ ਲੜਨਾ ਤੁਸੀਂ ਖੁਦ ਆਪ ਇੱਥੇ ਰੁਲ ਰਹੇ ਹੋਗੇ ਸਰ ਹੁਣ ਅਸੀਂ ਦੇਖੋ ਜਦੋਂ ਜੋ ਸਾਨੂੰ ਦੇਖਣ ਨੂੰ ਮਿਲ ਰਿਹਾ ਸੀ ਅੱਗੇ ਆਪਣੇ ਬੱਚਿਆਂ ਨੂੰ ਵੀ ਸਕੂਲਾਂ ਦੇ ਵਿੱਚ ਜਾ ਕੇ ਇਹ ਤਾਂ ਕਹਾਂਗੇ ਵੀ ਦੇਖੋ ਅਸੀਂ ਇੰਨਾ ਸੰਘਰਸ਼ ਕਰਕੇ ਇੱਥੇ ਤੱਕ ਪਹੁੰਚੇ ਹਾਂ ਉਹਨਾਂ ਨੂੰ ਵੀ ਤਿਆਰ ਕਰਾਂਗੇ ਹੋ ਸਕਦਾ ਉਹਨਾਂ ਨੂੰ ਵੀ ਇਹੋ ਜਿਹੀਆਂ ਸਰਕਾਰਾਂ ਦਾ ਸਾਹਮਣਾ ਕਰਨਾ ਪਵੇ ਜਿਹੜੀਆਂ ਦਾ ਅਸੀਂ ਅੱਜ ਕਰ ਰਹੇ ਹਾਂ ਬਿਲਕੁਲ ਜਿੱਦਾਂ ਕਿ ਨਾ ਅਧਿਆਪਕ ਨੂੰ ਆਸ ਹੁੰਦੀ ਹੈ ਬੜੀ ਕਿਸੇ ਆਪਣੇ ਬੱਚੇ ਤੋਂ ਵੀ ਹਾਂ ਇਹ ਨੌਕਰੀ ਤੇ ਕੋਈ ਅਫਸਰ ਨਿਯੁਕਤ ਹੋਊਗਾ ਕੋਈ ਇਹ ਨਿਯੁਕਤ ਹੋਊਗਾ ਸੋ ਦੁੱਖ ਲੱਗਦਾ ਹੈ ਨਾ ਵੀ ਨਿਯੁਕਤੀ ਤਾਂ ਕਿੱਥੇ ਹੋਊਗੀ ਹਾਂਜੀ ਬਹੁਤ ਦੁੱਖ ਲੱਗਦਾ ਹੁਣ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਟੂਡੈਂਟਸ ਨੂੰ ਇਹ ਦੱਸਦੇ ਹੁੰਦੇ ਹਾਂ ਕਿ ਤੁਸੀਂ ਅਗਰ ਅੱਛੀ ਕੁਆਲੀਫਿਕੇਸ਼ਨ ਲੈਂਦੇ ਹੋ ਤਾਂ ਤੁਹਾਨੂੰ ਇੱਦਾਂ ਇੱਦਾਂ ਦੇ ਤੁਹਾਡੇ ਵਾਸਤੇ ਅੱਗੇ ਓਪਰਚੁਨਿਟੀਜ਼ ਹੈਗੀਆਂ ਨੇ ਉਹਨਾਂ ਨੂੰ ਅਵੇਅਰ ਕਰਦੇ ਹਾਂ ਪਰ ਰਿਐਲਿਟੀ ਦੇ ਵਿੱਚ ਜਦੋਂ ਉਹ ਬੱਚਿਆਂ ਨੂੰ ਨਹੀਂ ਮਿਲ ਪਾਉਂਦੀਆਂ ਬੱਚੇ ਉਸ ਤੋਂ ਬਹੁਤ ਦੂਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਦੇਖ ਕੇ ਫਿਰ ਸਾਨੂੰ ਵੀ ਦੁੱਖ ਲੱਗਦਾ ਉੱਥੇ ਫਿਰ ਸਾਨੂੰ ਜਿਹੜੇ ਬੱਚੇ ਨੇ ਉਹਨਾਂ 'ਤੇ ਵੀ ਗਲਤ ਇੰਪ੍ਰੈਸ਼ਨ ਪੈਂਦਾ ਵੀ ਮੇਰੇ ਟੀਚਰ ਤਾਂ ਮੈਨੂੰ ਇੱਦਾਂ ਪੜ੍ਹਾਉਂਦੇ ਸੀ ਇੱਦਾਂ ਦੱਸਦੇ ਸੀ ਪਰ ਸਾਡੇ ਦੇਸ਼ ਦੀ ਰਿਐਲਿਟੀ ਤਾਂ ਕੀ ਹੈਗੀ ਹੈ ਰਿਐਲਿਟੀ ਕੁਛ ਹੋਰ ਹੈ ਦੱਸਣਾ ਕੁਛ ਹੋਰ ਆ ਉੱਥੇ ਟੀਚਰ ਵੀ ਝੂਠਾ ਪੈਂਦਾ ਠੀਕ ਹੈ ਜੀ ਤੇ ਇਸੇ ਇਹੀ ਕਾਰਨ ਹੈ ਕਿ ਅੱਜ ਟੀਚਰ ਦਾ ਵੀ ਸਤਿਕਾਰ ਘਟਦਾ ਜਾ ਰਿਹਾ ਆਪਣੇ ਸਟੂਡੈਂਟਸ ਦੇ ਸਾਹਮਣੇ ਇਹਨਾਂ ਸਾਰੀਆਂ ਜੋ ਵੀ ਇੰਨੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਸਾਡੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਮੈਂ ਕਹਾਂਗੀ ਕਿ ਉਹਦੇ ਲਈ ਸਰਕਾਰਾਂ ਜ਼ਰੂਰ ਜ਼ਿੰਮੇਵਾਰ ਹੁੰਦੀਆਂ ਨੇ ਬਿਲਕੁਲ ਹਾਂਜੀ ਸੋ ਦੇਖਿਆ ਜਾਵੇ ਕਿ ਅਧਿਆਪਕ ਜਿੱਥੇ ਟਾਵਰਾਂ ਤੇ ਵੀ ਚੜ੍ਹੇ ਨੇਗੇ ਉੱਥੇ ਇਹ ਵੀ ਮੁਜ਼ਾਹਰਾ ਕਰ ਰਹੇ ਨੇਗੇ ਸੋ ਵੱਡੀ ਗੱਲ ਆ ਗਈ ਕਿ ਇਹ ਆਪਣੇ ਸਿਰਫ ਕੋਈ ਆਪਣੇ ਹੱਕ ਹੀ ਮੰਗ ਰਹੇ ਨੇ ਕੋਈ ਹੋਰ ਇਹਨਾਂ ਦੀ ਮੰਗ ਨਹੀਂ ਕਿ ਇਹਨਾਂ ਦੀ ਨਿਯੁਕਤੀ ਹੁੰਦੀ ਆ ਜਦਕਿ ਮਾਣਯੋਗ ਹਾਈ ਕੋਰਟ ਵੱਲੋਂ ਵੀ ਇਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਆ ਕਿ ਇਹਨਾਂ ਦੀ ਸਿਲੈਕਸ਼ਨ ਜਲਦੀ ਕੀਤੀ ਜਾਵੇ ਪਰ ਸਿਲੈਕਸ਼ਨ ਨਹੀਂ ਹੁੰਦੀ ਸਵਾਲ ਖੜੇ ਹੁੰਦੇ ਨੇ ਕਿ ਕਮੀ ਕਿੱਥੇ ਹੁੰਦੀ ਹੈਗੀ ਦਾਅਵੇ ਕੀਤੇ ਜਾਂਦੇ ਨੇ ਸਰਕਾਰ ਦੇ ਲਗਭਗ 4.5 ਸਾਲ ਪੂਰੇ ਹੋ ਗਏ ਹੋਰ ਵੀ ਕਈ ਸਰਕਾਰਾਂ ਇਹਨਾਂ ਨੇ ਕਿਹਾ ਕਿ 2011 ਤੋਂ 2012 ਦੀ ਗੱਲ ਹੁੰਦੀ ਆ ਕਈ ਸਰਕਾਰਾਂ ਵੀ ਆਉਂਦੀਆਂ ਨੇ ਕਈ ਸਰਕਾਰਾਂ ਜਾਂਦੀਆਂ ਨੇ ਪਰ ਹਾਲੇ ਤੱਕ ਕਿਸੇ ਸਰਕਾਰ ਨੇ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਸੋ ਅੱਜ ਇਹ ਕੈਂਡਲ ਮਾਰਚ ਕਰ ਰਹੇ ਨੇ ਬਿਲਕੁਲ ਸਿੱਖਿਆ ਵਿਭਾਗ ਦੇ ਬਾਹਰ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਇਹ ਕੈਂਡਲ ਮਾਰਚ ਕਰ ਰਹੇ ਨੇਗੇ ਸੋ ਇਹਨਾਂ ਦੀ ਬੇਨਤੀ ਇਹੀ ਆ ਕਿ ਸਰਕਾਰ ਇਹਨਾਂ ਦੀ ਸੁਣਵਾਈ ਕਰੇ ਇਹਨਾਂ ਨੂੰ ਨਿਯੁਕਤੀ ਪੱਤਰ ਦੇਵੇ ਤਾਂ ਇਹ ਆਪੋ ਆਪਣੇ ਘਰਾਂ ਨੂੰ ਜਾਣ ਆਪਣੀ ਡਿਊਟੀ ਨਿਭਾਉਣ ਜੋ ਬੱਚਿਆਂ ਨੂੰ ਸੁਨਹਿਰੇ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ ਕਿ ਸਾਡੇ ਸਭ ਤੋਂ ਜੋ ਮੁੱਢਲੀ ਜੜ ਹੁੰਦੀ ਆ ਅਧਿਆਪਕ ਹੁੰਦੇ ਨੇ ਪਰ ਸਾਡੇ ਅਧਿਆਪਕ ਹੀ ਸੜਕਾਂ 'ਤੇ ਰੁਲ ਰਹੇ ਨੇਗੇ ਬਿਲਕੁਲ ਰੱਜ ਕੇ ਨਾਅਰੇਬਾਜ਼ੀ ਕੀਤੀ ਜਾਂਦੀ ਆ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਜਾਂਦੀ ਆ ਸੋ ਇਹ ਪ੍ਰਸ਼ਾਸਨ ਤੋਂ ਸਤਾਏ ਹੋਏ ਲੋਕ ਨੇ ਪ੍ਰਸ਼ਾਸਨ ਤੋਂ ਅੱਕੇ ਹੋਏ ਅਧਿਆਪਕ ਨੇ ਸਾਡੇ ਜਿਨ੍ਹਾਂ ਨੇ ਭਵਿੱਖ ਦੀ ਕਾਮਨਾ ਕਰਦੇ ਹੁੰਦੇ ਅਸੀਂ ਅਧਿਆਪਕਾਂ ਤੋਂ ਸਿੱਖਦੇ ਹੁੰਦੇ ਹਾਂ ਸੋ ਇਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ ਹੋਊਗਾ ਵੀ ਹਾਂ ਇੱਦਾਂ ਭਵਿੱਖ ਹਰ ਅਧਿਆਪਕ ਜੋ ਕਿ ਬੱਚਾ ਪੜ੍ਹਦਾ ਤਾਂ ਆਸ ਜ਼ਰੂਰ ਹੁੰਦੀ ਆ ਕਿ ਸਾਡਾ ਬੱਚਾ ਕਿਸੇ ਚੰਗੀ ਕੁਰਸੀ 'ਤੇ ਲੱਗੂਗਾ ਪਰ ਉੱਥੇ ਹੀ ਸਰਕਾਰਾਂ ਇਹਨਾਂ ਦੀ ਸੁਣਵਾਈ ਨਹੀਂ ਕਰਦੀਆਂ ਸੋ ਇਹਨਾਂ ਵੱਲੋਂ ਮੁਜ਼ਾਹਰਾ ਕੀਤਾ ਜਾਂਦਾ ਲਗਾਤਾਰ ਤੁਹਾਨੂੰ ਦਿਖਾ ਰਿਹਾ ਅਸੀਂ ਲਗਾਤਾਰ ਕੈਂਡਲ ਮਾਰਚ ਕੀਤਾ ਜਾਂਦਾ ਲਗਾਤਾਰ ਤਪ ਦੀ ਧੁੱਪ ਦੇ ਵਿੱਚ ਵੀ ਵਰਦੇ ਮੀਂਹ ਦੇ ਵਿੱਚ ਵੀ ਲਗਾਤਾਰ ਇੱਥੇ ਬੈਠੇ ਆ ਇਹ ਸੋ ਮੰਗ ਇੱਕੋ ਹੀ ਆ ਕਿ ਜਲਦ ਤੋਂ ਜਲਦ ਸਰਕਾਰ ਇਹਨਾਂ ਦੀ ਸੁਣਵਾਈ ਕਰੇ ਅਤੇ ਆਪੋ ਆਪਣੇ ਘਰਾਂ ਨੂੰ ਜਾਣ ਬੰਦ ਕਰੋ।
ਸੋ ਵੀਰ ਜੀ ਕਿੱਦਾਂ ਲੱਗਦਾ ਹਨਾ ਵੀ ਲਗਾਤਾਰ ਤੁਸੀਂ ਕਹਿ ਰਹੇ ਹੋ ਕਿ 2011 ਤੋਂ 12 ਤੋਂ ਜੋ ਹੈਗੀ ਹੈ ਭਰਤੀ ਕੱਢੀ ਗਈ ਸੀਗੀ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਆਹ ਸਰਕਾਰ ਦੇ ਵੀ 4.5 ਸਾਲ ਲਗਭਗ ਪੂਰੇ ਹੋ ਗਏ ਵੀਰੇ ਸਰਕਾਰਾਂ ਆਈਆਂ ਗਈਆਂ ਬਟ ਸਾਡੀ ਸੁਣਵਾਈ ਹਜੇ ਤੱਕ ਕਿਸੇ ਸਰਕਾਰ ਨੇ ਨਹੀਂ ਸੁਣੀ ਅਸੀਂ ਤਾਂ ਇਹੀ ਗੁਹਾਰ ਲਾਉਂਦੇ ਹਾਂ ਬੇਨਤੀਆਂ ਕਰਦੇ ਹਾਂ ਵਾਰ ਵਾਰ ਕਿ ਸਾਡੇ ਇੰਨੇ 2011 ਤੋਂ ਲੈ ਕੇ 2021 ਤੱਕ ਸਾਡੀਆਂ ਹੱਕ ਪੂਰੇ ਨਹੀਂ ਹੋਏ ਅਸੀਂ ਐਲੀਜੀਬਲ ਹੁੰਦੇ ਹੋਏ ਵੀ ਧੱਕੇ ਖਾ ਰਹੇ ਹਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ 2011-12 ਦੀ ਗੱਲ ਆ ਸੋ ਪਹਿਲਾਂ ਨਹੀਂ ਤੁਸੀਂ ਇਹ ਚੀਜ਼ 'ਤੇ ਅਪਰੋਚ ਕੀਤੀ ਹੁਣੀ ਹੁਣੀ ਆਏ ਹੋ ਜੇ ਨਹੀਂ ਜੀ ਅਸੀਂ 2011 'ਚ ਜਦੋਂ ਸਾਡੇ 4 ਕੁਐਸਚਨਾਂ ਪ੍ਰਸ਼ਾਸਨ ਨੂੰ ਸਿੱਖਿਆ ਮੰਤਰੀ ਨੂੰ ਸਾਰੀਆਂ ਸਰਕਾਰਾਂ ਨੂੰ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਾਨੂੰ ਜਲਦ ਤੋਂ ਜਲਦ ਰੋਜ਼ਗਾਰ ਦਿੱਤੇ ਜਾਣ ਲਗਾਤਾਰ 2017 ਤੋਂ ਤੁਸੀਂ ਜੁਟੇ ਹੋਏ ਹੋ ਹਾਂਜੀ 2011 ਤੋਂ ਲਾ ਲਓ ਜੀ 12 ਤੋਂ ਕਿਉਂਕਿ ਕੇਸ ਤਾਂ ਪਹਿਲੇ ਦਿਨ ਹੀ ਚੱਲ ਰਹੇ ਕੇਸ ਤਾਂ ਜਿੱਦਾਂ ਮਾਨਯੋਗ ਹਾਈ ਕੋਰਟ ਨੇ ਕੇਸ ਤੁਹਾਡੇ ਪੱਖ ਦੇ ਵਿੱਚ ਦੇ ਦਿੱਤਾ ਗਾ ਕਮੀ ਕਿੱਥੇ ਰਹਿੰਦੀ ਆ ਉਹਨਾਂ ਨੇ ਸਾਡੀਆਂ ਸੀਟਾਂ ਰਿਜ਼ਰਵ ਵੀ ਕਰ ਦਿੱਤੀਆਂ ਸੀ ਵੀ ਤੁਹਾਡੀਆਂ ਸੀਟਾਂ ਰਿਜ਼ਰਵ ਹੈ ਆਉਣ ਵਾਲੀ ਨਵੀਂ ਜੋ ਕੌਂਸਲਿੰਗ ਕਰਨਗੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਜਿੱਦਾਂ ਤੁਸੀਂ 11 'ਚ ਤੁਸੀਂ ਦਿੱਤਾ ਬਹੁਤਿਆਰੀ ਨਿਯੁਕਤੀ ਵੀ ਹੋ ਗਈ ਹੋਣੀ ਆ ਐਕਚੁਅਲੀ ਜਿਹੜਾ ਟਾਈਮ ਪੀਰੀਅਡ ਸੀਗਾ 2011 ਤੋਂ ਲੈ ਕੇ 2017 ਦੇ ਵਿੱਚ ਉਹਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਆਈਆਂ ਪਰ ਅਸੀਂ ਉਹ 4 ਨੰਬਰ ਸਾਡੇ ਜਿਹੜੇ 2017 'ਚ ਮਿਲੇ ਉਹਦੇ ਕਰਕੇ ਖਰਾਬ ਵੀ ਕੀਤੇ ਨੇ ਕਿਉਂਕਿ ਇਹਨਾਂ ਦੇ ਨੰਬਰਾਂ ਦੀ ਜੋ ਸੀਗੀ ਜਿੰਨਾ ਟਾਈਮ ਉਹ ਐਲੀਜੀਬਲ ਨਹੀਂ ਸੀ ਹੁੰਦੇ ਤਾਂ ਇਹ ਕਿਸੇ ਹੋਰ ਪੋਸਟ ਵੀ ਨਹੀਂ ਸੀ ਅਪਲਾਈ ਕਰਦੇ 7 ਸਾਲ ਵੀ ਇਹਨਾਂ ਲਗਾਤਾਰ ਖਰਾਬ ਹੋਏ ਨੇ ਜਦੋਂ ਨੰਬਰ ਆਉਂਦੇ ਨੇਗੇ ਹਾਈ ਕੋਰਟ ਦੇ ਵੀ ਵੱਡੇ ਬਿਆਨ ਆਉਂਦੇ ਨੇਗੇ ਸੋ ਫਿਰ ਵੀ ਕੋਈ ਸਰਕਾਰ ਵੱਲੋਂ ਕੋਈ ਇਹਨਾਂ ਦੀ ਗੁਹਾਰ ਜਾਂ ਬੇਨਤੀ ਨਹੀਂ ਸੁਣੀ ਜਾਂਦੀ ਹੈ ਲਗਾਤਾਰ ਜੁਟੇ ਹੋਏ ਨੇਗੇ ਤੁਹਾਨੂੰ ਦਿਖਾਉਣੇ ਆਗੇ ਕਿ ਕਿੱਦਾਂ ਟਾਵਰਾਂ 'ਤੇ ਸਾਡੇ ਅਧਿਆਪਕ ਚੜ੍ਹੇ ਨੇ ਸੜਕਾਂ 'ਤੇ ਰੁਲ ਰਹੇ ਨੇਗੇ ਸੋ ਵੱਡੀ ਕਮੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਕਮੀਆਂ ਕਦੋਂ ਇਹ ਆਸ ਲਾਉਂਦੇ ਨੇ ਸਰਕਾਰਾਂ ਤੋਂ ਕਿ ਕਦੋਂ ਸਰਕਾਰ ਦੇ ਉਹ ਵਾਅਦੇ ਪੂਰੇ ਹੋਣਗੇ ਜਿਹੜੇ ਉਹਨਾਂ ਨੇ ਕੀਤੇ ਸੀਗੇ ਕਿ ਘਰ ਘਰ ਰੁਜ਼ਗਾਰ ਦੇਵਾਂਗੇ ਘਰ ਘਰ ਰੁਜ਼ਗਾਰ ਦੇਣਾ ਬਹੁਤ ਵੱਡੀ ਗੱਲ ਆ ਜੋ ਰੁਜ਼ਗਾਰ ਮਿਲਿਆ ਉਹ 'ਤੇ ਹੀ ਨਿਯੁਕਤੀ ਨਹੀਂ ਹੁੰਦੀ ਲਗਾਤਾਰ ਇਹ ਗੁਹਾਰ ਲਾ ਰਹੇ ਨੇਗੇ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਹਾਂਗੇ ਸਾਡੀ ਗਰਾਊਂਡ ਲੈਵਲ ਤੋਂ ਤੁਹਾਨੂੰ ਅਸੀਂ ਲਗਾਤਾਰ ਰਿਪੋਰਟਿੰਗ ਕਰ ਰਹੇ ਹਾਂ ਕਿ ਅਧਿਆਪਕਾਂ ਦਾ ਜੋ ਹੱਕ ਆ ਉਹਨਾਂ ਨੂੰ ਮਿਲਣਾ ਚਾਹੀਦਾ ਸੋ ਲਗਾਤਾਰ ਇਹ ਆਪਣੇ ਮੰਗਾਂ ਨੂੰ ਲੈ ਕੇ ਧਰਨੇ ਲਾ ਰਹੇ ਨੇ ਤਪਦੀਆਂ ਧੁੱਪਾਂ ਦੇ ਵਿੱਚ ਵੀ ਖੜ੍ਹੇ ਨੇ ਵਰਦੇ ਮੀਂਹ ਦੇ ਵਿੱਚ ਵੀ ਖੜ੍ਹੇ ਨੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਜੀ ਇਸ ਸਮੇਂ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਿਲਕੁਲ ਬਾਹਰ ਜੋ ਕਿ ਕੈਂਡਲ ਮਾਰਚ ਕੀਤਾ ਜਾਂਦਾ ਅਧਿਆਪਕਾਂ ਵੱਲੋਂ ਮੰਗਾਂ ਉਹੀ ਕਿ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਜਦਕਿ ਹਾਈ ਕੋਰਟ ਨੇ ਵੀ ਬਿਆਨ ਇਹਨਾਂ ਦੇ ਪੱਖ ਦੇ ਵਿੱਚ ਦਿੱਤੇ ਨੇ ਫਿਰ ਕਮੀ ਆਉਂਦੀ ਆ ਕਮੀ ਕਿੱਥੇ ਆਉਂਦੀ ਆ ਸੋ ਸਰਕਾਰਾਂ ਦੀ ਵੱਡੀ ਲਾਪਰਵਾਹੀ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਹੋਇਆ ਬਿਲਕੁਲ ਇਹ ਆਪਣੇ ਮੰਗਾਂ ਦੀ ਜੋ ਕਰ ਰਹੇ ਨੇ ਆਪਣੀਆਂ ਮੰਗਾਂ ਸੋ ਲਗਾਤਾਰ ਅਸੀਂ ਜੁਟੇ ਹੋਏ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਿਲਕੁਲ ਸੋ ਪੰਜਾਬ ਸਰਕਾਰ ਪੰਜਾਬ ਸਰਕਾਰ ਕਾਂਗਰਸ ਸਰਕਾਰ ਕਾਂਗਰਸ ਸਰਕਾਰ ਸਿੱਖਿਆ ਸਕੱਤਰ ਸਿੱਖਿਆ ਸਕੱਤਰ ਸਿੱਖਿਆ ਮੰਤਰੀ ਸਿੱਖਿਆ ਮੰਤਰੀ ਸਾਡੇ ਹੱਕ ਸਾਡੇ ਹੱਕ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰੋ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰੋ ਕੈਪਟਨ ਮਰ ਗਿਆ ਕੈਪਟਨ ਮਰ ਗਿਆ ਸਿੰਗਲਾ ਮਰ ਗਿਆ ਸਿੰਗਲਾ ਮਰ ਗਿਆ ਕ੍ਰਿਸ਼ਨਾ ਮਰ ਗਿਆ ਹਾਏ 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 ਕਰੋ ਸਿਆਪਾ ਕਰੋ ਸਿਆਪਾ ਪਿੱਟ ਸਿਆਪਾ ਰੱਜ ਕੇ ਪਿੱਟੋ ਹਾਏ 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 ਸੋ ਮੈਡਮ ਕਿੱਦਾਂ ਲੱਗਦਾ ਹਨਾ ਵੀ ਜਿੱਦਾਂ ਅੱਜ ਕੱਲ੍ਹ ਸਾਡੇ ਨੌਜਵਾਨ ਵਿਦੇਸ਼ਾਂ ਰੁੱਖ ਕਰ ਰਹੇ ਨੇ ਲੱਗਦਾ ਵੀ ਉਹ ਕਿਤੇ ਨਾ ਕਿਤੇ ਸਹੀ ਹੈਗਾ ਬਿਲਕੁਲ ਸਰ ਸਹੀ ਹੈ ਜਦ ਸਰਕਾਰਾਂ ਸੁਣਦੀਆਂ ਨੇ
ਮਾਹੌਲ ਦੇਖ ਕੇ ਬੱਚੇ ਬਾਹਰ ਜਾ ਹੀ ਰਹੇ ਆ ਤੇ ਅਸੀਂ ਵੀ ਚਾਹੁੰਦੇ ਹਾਂ ਸਾਡੇ ਬੱਚੇ ਵੀ ਬਾਹਰ ਹੀ ਜਾਣ ਕਿਉਂਕਿ ਜਿਵੇਂ ਅਸੀਂ ਰੁਲ ਰਹੇ ਹਾਂ ਅਸੀਂ ਨਹੀਂ ਚਾਹੁੰਦੇ ਸਾਡੇ ਬੱਚੇ ਰੁਲਣ ਰੁਜ਼ਗਾਰ ਲੈਣ ਦੇ ਲਈ ਕਿਉਂਕਿ ਅਧਿਆਪਕ ਦੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹਦਾ ਬੱਚਾ ਕੋਈ ਵਧੀਆ ਚੰਗੇ ਫੀਲਡ ਦੇ ਵਿੱਚ ਜਾਵੇ ਬਿਲਕੁਲ ਸਰ ਮੈਂ ਵੀ ਚਾਹੁੰਦੀ ਹਾਂ ਕਿ ਮੇਰੀ ਬੇਟੀ ਹੈ ਜਿਹੜੀ ਟੀਚਰ ਬਣੇ ਪਰ ਜਦ ਮੈਂ ਆਪਣੇ ਹਾਲਾਤ ਦੇਖਦੀ ਹਾਂ ਤੇ ਮੈਂ ਉਹਨੂੰ ਚਾਹੁੰਦੀ ਹਾਂ ਕਿ ਬਾਹਰ ਹੀ ਭੇਜਾਂ ਕਿ ਬਸ ਟੀਚਰ ਦੀ ਜਿਹੜੀ ਜੋਬ ਹੈ ਅਸੀਂ ਕਹਿੰਦੇ ਬਹੁਤ ਨੋਬਲ ਪ੍ਰੋਫੈਸ਼ਨ ਹੈ ਬਟ ਹੁਣ ਨਹੀਂ ਰਿਹਾ ਅਸੀਂ ਬਹੁਤ ਸਾਲਾਂ ਤੋਂ ਦੇਖ ਰਹੇ ਹਾਂ 10-11 ਸਾਲ ਤੇ ਸਾਨੂੰ ਖੁਦ ਨੂੰ ਰੁਲਦਿਆਂ ਹੋ ਚੁੱਕੇ ਨੇ ਉਸ ਤੋਂ ਪਹਿਲਾਂ ਵੀ ਅਸੀਂ ਦੇਖ ਹੀ ਰਹੇ ਹਾਂ ਵੀ ਜਿਹੜੇ ਟੀਚਰ ਨੇ ਸਭ ਤੋਂ ਪਹਿਲਾਂ ਉਹਨੂੰ ਜੋਬ ਲੈਣ ਦੇ ਲਈ ਜਿਹੜਾ ਸੰਘਰਸ਼ ਦਾ ਰਸਤਾ ਉਹੀ ਅਪਣਾਉਣਾ ਪੈਂਦਾ ਹੈ ਤੇ ਅਸੀਂ ਵੀ ਉਸੇ ਰਸਤੇ ਆ ਤੁਰ ਰਹੇ ਹਾਂ ਜੇ ਸਰਕਾਰ ਨੂੰ ਲੱਗਦਾ ਹੈ ਨਾ ਵੀ ਇਹ ਡਰ ਕੇ ਉੱਠ ਜਾਣਗੇ ਅਸੀਂ ਹੁਣ ਡਰ ਕੇ ਉੱਠਣ ਵਾਲੇ ਨਹੀਂ ਹੈਗੇ ਅਸੀਂ ਜੁਆਇਨਿੰਗ ਲੈਟਰ ਲੈ ਕੇ ਹੀ ਜਾਣੇ ਆ ਇੱਥੋਂ ਚਾਹੇ ਕੁਝ ਮਰਜ਼ੀ ਹੋ ਜਾਵੇ ਦੇਖੋ ਸੰਘਰਸ਼ ਵੀ ਆਪਣਿਆਂ ਦੇ ਨਾਲ ਹੀ ਲੜਿਆ ਜਾਂਦਾ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹਨਾਂ ਨਾਲ ਹੀ ਅਸੀਂ ਸੰਘਰਸ਼ ਲੜ ਰਹੇ ਹਾਂ ਬਿਲਕੁਲ ਸਰ ਹੁਣ ਤੇ ਅਸੀਂ ਸੋਚਦੇ ਹਾਂ ਵੀ ਜਿਹੜਾ ਨੋਟਾ ਵਾਲਾ ਬਟਨ ਹੈ ਜਾਂ ਕੋਈ ਨਵੀਂ ਪਾਰਟੀ ਐਵੇਂ ਦੀ ਆਵੇ ਕੋਈ ਟੀਚਰ ਵਰਗ ਦੇ ਵਿੱਚੋਂ ਹੀ ਖੜੇ ਹੋਣ ਕੈਂਡੀਡੇਟ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਟੀਚਰ ਨੇ ਉਹਨਾਂ ਨੇ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਅਨਪੜ੍ਹ ਮੰਤਰੀ ਬਣ ਜਾਂਦੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਜਿਹੜੇ ਕਈਆਂ ਨੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਹੁੰਦਾ ਸੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਉਹਨਾਂ ਨੂੰ ਟੀਚਰ ਦੇ ਲਈ ਐਜੂਕੇਸ਼ਨ ਡਿਪਾਰਟਮੈਂਟ ਦੇ ਦਿੱਤਾ ਜਾਂਦਾ ਸੰਭਾਲ ਦਿੱਤਾ ਜਾਂਦਾ ਕਿ ਤੁਸੀਂ ਇਹਨੂੰ ਦੇਖਣਾ ਹੈ ਤਾਂ ਉਹ ਕੀ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ ਉਹਨਾਂ ਨੂੰ ਕੀ ਪਤਾ ਹੋਏਗਾ ਬਿਲਕੁਲ ਜੀ ਬਹੁਤ ਚੰਗੇ ਵਿਚਾਰੇ ਇਹਨਾਂ ਦੇ ਲੱਗੇ ਆ ਕਿ ਕਿਉਂਕਿ ਇਹ ਮਾਰ ਖਾਧੀ ਹੈ ਇਹਨਾਂ ਨੇ ਨਿਯੁਕਤੀ ਵੀ ਹੁੰਦੀ ਹੈ ਹਾਈ ਕੋਰਟ ਦੇ ਵੱਲੋਂ ਬਿਆਨ ਵੀ ਆਉਂਦੇ ਨੇ ਫਿਰ ਕਮੀ ਰਹਿੰਦੀ ਹੈ ਸਾਡੀਆਂ ਸਰਕਾਰਾਂ ਦੀ ਜੋ ਕਿ ਇਹਨਾਂ ਨੂੰ ਨਹੀਂ ਨਿਯੁਕਤ ਕੀਤਾ ਜਾਂਦਾ ਸੋ ਥੱਕ ਹਾਰ ਕੇ ਬੰਦਾ ਇੱਦਾਂ ਹੀ ਕਹਿੰਦਾ ਕਿ ਨਹੀਂ ਅਸੀਂ ਤਾਂ ਬਾਹਰ ਹੀ ਜਾਣਾ ਗਾ ਇੱਧਰ ਵਿਦੇਸ਼ਾਂ ਰੋਕੇ ਇਸ ਲਈ ਕੀਤਾ ਜਾਂਦਾ ਕਿਉਂਕਿ ਇੱਥੇ ਸਾਡੀ ਸੁਣਵਾਈ ਨਹੀਂ ਹੁੰਦੀ ਸੋ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਘਰ ਰੁਜ਼ਗਾਰ ਦੇਵਾਂਗੇ ਘਰ ਰੁਜ਼ਗਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਜਿਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਹੋ ਸਕਿਆ ਉਹਨਾਂ ਦੀ ਨਿਯੁਕਤੀ ਵੀ ਨਹੀਂ ਹੋ ਰਹੀ ਸੋ ਇਹ ਵੱਡੀ ਗੱਲ ਹੈਗੀ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕੈਂਡਲ ਮਾਰਚ ਇਹਨਾਂ ਨੇ ਕੀਤਾ ਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਿਲਕੁਲ ਬਾਹਰ ਕੈਂਡਲ ਮਾਰਚ ਕੀਤਾ ਗਾ ਸੋ ਅਸੀਂ ਰੋਡ 'ਤੇ ਆਇਆ ਹੁਣ ਸੋ ਸਾਡੀ ਬੇਨਤੀ ਆ ਦਿਲੋਂ ਦੁੱਖ ਹੁੰਦਾ ਦੇਖ ਕੇ ਸਾਡੇ ਅਧਿਆਪਕ ਟਾਵਰਾਂ 'ਤੇ ਵੀ ਚੜ੍ਹਦੇ ਆ ਧਰਨੇ ਵੀ ਲਾਉਂਦੇ ਆ ਹਾਲਾਂਕਿ ਜਦੋਂ ਇਹਨਾਂ ਦਾ ਜੋ ਡਿਊਟੀ ਆ ਉਹ ਸਕੂਲਾਂ ਦੇ ਵਿੱਚ ਡਿਊਟੀ ਬਣਦੀ ਹੈ ਕਿ ਜਵਾਕਾਂ ਨੂੰ ਚੰਗੇ ਸੁਨਹਿਰੀ ਭਵਿੱਖ ਬਾਰੇ ਦੱਸਿਆ ਜਾਵੇ ਸੁਨਹਿਰੀ ਭਵਿੱਖ ਉਹਨਾਂ ਨੂੰ ਬਣਾਇਆ ਜਾਵੇ ਪਰ ਉਹ ਖੁਦ ਸੰਘਰਸ਼ ਲੜ ਰਹੇ ਨੇ ਸੋ ਇਹ ਗੱਲ ਦਾ ਦੁੱਖ ਲੱਗਦਾ ਸਾਡੀ ਇਹੀ ਸਰਕਾਰਾਂ ਨੂੰ ਬੇਨਤੀ ਹੈਗੀ ਕਿ ਜਲਦ ਤੋਂ ਜਲਦ ਆਪਣੇ ਕੀਤੇ ਵਾਅਦੇ ਵੀ ਪੂਰੇ ਕਰਨ ਸੋ ਇਹਨਾਂ ਅਧਿਆਪਕਾਂ ਦੀ ਜੋ ਮੰਗਾਂ ਨੂੰ ਮੰਨਿਆ ਜਾਵੇ ਸਾਡੀ ਸਰਕਾਰ ਅੱਗੇ ਗੁਜ਼ਾਰਿਸ਼ ਆ ਸਾਡੀ ਬੇਨਤੀ ਹੈ ਕਿ ਜਲਦ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਚੰਡੀਗੜ੍ਹ